ਸਾਢੇ ਕੁ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂੰਆਂ ਨਿਕਲ ਰਿਹਾ ਜੀ ਅੰਦਰੋਂ, ਅਤੇ ਉਹ ਸਡਨ ਆ ਕੇ ਦੇਖਿਆ ਅਤੇ ਅੰਦਰ ਜਿਹੜੀਆਂ ਸ਼ਟਰ 'ਚ ਉਠਵਾਇਆ ਅਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਅਤੇ ਲਾਈਟ ਵਾਲਿਆਂ ਨੂੰ, ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਲੂਟ ਕਟਵਾ ਕੇ ਅਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ। ਬਾਕੀ ਟੋਟਲ ਡੈਮੇਜ ਹੈਗਾ ਜੀ ਇਸ ਵੇਲੇ। ਦੇਖੋ ਸਟੋਕ ਤਾਂ 70-80 ਲੱਖ ਦਾ ਤਾਂ ਪਿਆ ਦਾ ਹੀ ਆ ਸਾਰਾ ਉੱਪਰ, ਬਾਕੀ ਸਾਡਾ ਕਈ ਅਨਮਿੱਥਿਆ ਵੀ ਹੈਗਾ ਆ ਵੀ ਜਿਹੜਾ ਸਾਡੀ ਨੋਟਿਸ ਵੀ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ, ਕੁਛ ਹੋਰ ਆਈਟਮਾਂ ਨੇ, ਟੋਇਸ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ, ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ, ਉਹਨਾਂ ਦਾ ਕੋਈ ਹੈ ਹੀ ਨਹੀਂ ਹੈ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕੀਏ ਅਪਰੋਕਸੀਮੇਟ। ਇਹ ਤਾਂ ਉੱਪਰ ਦਾ ਸਮਾਨ ਆ, ਬੇਸਮੈਂਟ 'ਚ ਟੋਟਲ ਲੋਸ ਹੈਗਾ ਜੀ, ਥੱਲੇ ਸਟੋਕ ਹੁੰਦਾ ਆ ਸਾਰਾ ਇਕੱਠਾ, ਜਿਵੇਂ ਕੋਈ ਟੋਇਸ ਦਾ ਆ, ਕੋਈ ਸਲਾਈਡਸ ਹੁੰਦੀਆਂ ਨੇ, ਆਫਿਸ ਫਰਨੀਚਰ ਆ ਜਾਂ ਬੈੱਡ ਨੇ, ਆਫਿਸ ਟੇਬਲਸ ਨੇ, ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ, ਇਹ ਸਾਰਾ ਕੁਝ ਨੀਚੇ ਵੀ ਟੋਟਲ ਲੋਸ ਹੋ ਗਿਆ ਹੋਇਆ। ਐਟ ਪ੍ਰੈਜੈਂਟ ਦੀ ਗੱਲ ਕਰੀਏ ਤਾਂ 1.5-2 ਕਰੋੜ ਦੇ ਲੱਗ ਸਕੇ ਨੁਕਸਾਨ ਹੈਗਾ ਜੀ ਸਾਡਾ। ਰੀਜ਼ਨ ਅਜੇ ਤੱਕ ਤਾਂ ਕਲੀਅਰ ਨਹੀਂ ਹੈ ਜੀ, ਸਪਾਰਕ ਹੀ ਹੈ ਵੈਸੇ ਤਾਂ, ਮੀਟਰ ਸਾਡੇ ਔਫ ਹੁੰਦੇ ਨੇ, ਬੇਸਮੈਂਟ ਦੇ ਵੀ ਮੀਟਰ ਔਫ ਕਰਕੇ ਜਾਈਦਾ ਆ, ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ 2 ਲਾਈਟਾਂ ਔਨ ਹੁੰਦੀਆਂ ਨੇ ਸਾਡੀਆਂ, ਅਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ। 12:30 ਵਜੇ ਦੀ ਕਾਲ ਆਈ ਸੀ ਗਾਰਡ ਦੀ, ਅਸੀਂ 10 ਮਿੰਟ 'ਚ ਪਹੁੰਚ ਗਏ ਜੇਲ੍ਹ ਰੋਡ 'ਤੇ, ਆਪਣੀ ਰਿਹਾਇਸ਼ ਹੈਗੀ ਜੀ, ਉੱਥੋਂ ਆ ਗਏ ਸੀਗੇ ਟਾਈਮ ਨਾਲ ਇੱਥੇ। ਮੇਰਾ ਨਾਂ ਅਜਮੇਰ ਸਿੰਘ, ਫਾਇਰ ਬ੍ਰਿਗੇਡ ਦਫ਼ਤਰ ਗੁਰਦਾਸਪੁਰ ਡਰਾਈਵਰ। ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਏਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ। ਅਸੀਂ 1:04 'ਤੇ ਇੱਥੇ ਪਹੁੰਚ ਗਏ ਆ, ਜਦੋਂ ਦੇਖਿਆ ਕਿ ਅੱਗ ਜ਼ਿਆਦਾ ਹੋਣ ਕਰਕੇ ਆਪਾਂ ਪਹਿਲਾਂ 1 ਗੱਡੀ ਫਿਰ ਦੂਸਰੀ ਮੰਗਾਈ ਫਿਰ ਤੀਸਰੀ ਮੰਗਾਈ, ਨਾਲ ਹੀ ਫਿਰ ਬਟਾਲੇ ਵਾਲਿਆਂ ਨੂੰ ਫੋਨ ਕਰਤਾ, ਬਟਾਲੇ ਵਾਲਿਆਂ ਦੀ ਗੱਡੀ ਵੀ ਆ ਗਈ। ਹੋਣ ਤੋਂ ਲਗਭਗ ਕੋਈ 16-18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁੱਕੀ ਆ ਪਾਣੀ। ਸਾਨੂੰ ਬਹੁਤ ਮੁਸ਼ਕਲ ਕਰਨੀ ਪਈ ਆ, ਜੋ ਕਿ ਅੱਗ ਜ਼ਿਆਦਾ ਹੋਣ ਕਰਕੇ ਫੋਮ ਦੀ ਅੱਗ ਸੀ, ਬੁੱਝਣ ਦਾ ਨਾਂ ਹੀ ਨਹੀਂ ਲੈਂਦੀ ਸੀ। ਅਸੀਂ ਪਿਛਲੀ ਸਾਈਡ ਵੀ ਗੱਡੀ ਖੜ੍ਹ ਕੇ ਅਤੇ ਆਪਣੇ ਸਾਰੇ ਮੁੰਡਿਆਂ ਨੇ ਮਤਲਬ ਕਿ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਹੈ। ਅੱਗ ਤਕਰੀਬਨ 1 ਵਜੇ ਦੀ ਅੱਗ ਲੱਗੀ, 5-6:30 ਤੱਕ ਰਹੀ ਅੱਗ। ਨੁਕਸਾਨ ਜੀ ਉਹਨਾਂ ਦਾ ਹੁਣ ਉਹ ਤੁਹਾਨੂੰ ਉਹੀ ਦੱਸ ਸਕਦੇ ਆ ਕਿ ਨੁਕਸਾਨ ਤਾਂ ਸਾਰਾ ਹੀ ਹੋ ਗਿਆ, ਉੱਪਰ ਵੀ ਬੇਸਮੈਂਟ 'ਚ ਵੀ ਉਹਨਾਂ ਦਾ ਕਾਫੀ ਸਮਾਨ ਸੀ।